ਅੱਗੇ ਤਾਂ ਜੀ ਫਿਲਹਾਲ ਤਾਂ ਪ੍ਰਚਾਰ ਹੀ ਚੱਲ ਰਿਹਾ, 2 ਤਰੀਕ ਤੱਕ ਪ੍ਰਚਾਰ ਕਰਾਂਗੇ, ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਆਪਦੇ ਹੱਕ ਲਈ, ਲੋਕਾਂ ਦੇ ਹਿੱਤ ਲਈ ਐਤਕੀ ਆਮ ਆਦਮੀ ਪਾਰਟੀ ਨੂੰ ਵੋਟ ਕਰੀਏ। ਅਤੇ ਉਸ ਤੋਂ ਬਾਅਦ ਜੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ 11 ਮਾਰਚ ਜਦੋਂ 2017 ਨੂੰ ਰਿਜ਼ਲਟ ਆਊਗਾ ਉਦੋਂ ਲੋਕਾਂ ਦੀ ਸਰਕਾਰ ਬਣੂਗੀ ਅਤੇ ਪਾਰਟੀਆਂ ਦੀ ਹਾਰ ਹੋਊਗੀ। ਅੱਜ 16 ਜਨਵਰੀ 2017 ਨੂੰ 9 ਕੈਂਡੀਡੇਟ ਨੇ ਆਪਣੇ ਨੋਮੀਨੇਸ਼ਨ ਫਾਈਲ ਕੀਤੇ ਨੇ। 18 ਤੱਕ ਦੀ ਲਾਸਟ ਡੇਟ ਹੈਗੀ ਹੈ ਨੋਮੀਨੇਸ਼ਨ ਫਾਈਲ ਕਰਨ ਲਈ, 19 ਨੂੰ ਸਕਰੂਟਨੀ ਹੈਗੀ ਹੈ ਅਤੇ 21 ਤਰੀਕ ਨੂੰ ਉਹ ਵਿਦਰੋਲ ਦਾ ਦਿਨ ਹੈਗਾ। ਐਂਡ ਜਿਹੜੇ ਆਪਣੇ ਸਿਕਿਉਰਿਟੀ ਅਰੇਂਜਮੈਂਟਸ ਹੈਗੇ MCC ਦੀ ਵਾਇਲੇਸ਼ਨਸ ਨੇ, ਉਹਨਾਂ ਦੇ ਲਈ ਅਸੀਂ ਵੱਖਰੀ ਵੱਖਰੀ ਟੀਮਾਂ ਨੂੰ ਡਿਪਲੋਏ ਕੀਤਾ ਹੋਇਆ ਹੈ। ਸਾਡੇ ਕੋਲ 3 ਫਲਾਇੰਗ ਸਕੁਆਡਸ ਨੇ, 6 ਸਟੈਟਿਕ ਸਰਵੇਲੈਂਸ ਟੀਮਸ ਨੇ, 4 ਮਾਡਲ ਕੋਡ ਦੀ ਟੀਮਸ ਨੇ MCC ਟੀਮਸ, ਅਤੇ 1 ਵੀਡੀਓ ਸਰਵੇਲੈਂਸ ਟੀਮ ਹੈਗੀ ਹੈ, 1 ਵੀਡੀਓ ਵਿਊਇੰਗ ਟੀਮ ਹੈਗੀ ਹੈ, ਐਕਸਪੈਂਡੀਚਰ ਟੀਮ ਹੈਗੀ, ਅਕਾਊਂਟਿੰਗ ਟੀਮ ਹੈਗੀ ਹੈ ਜੀ। ਨਵੀਂ ਹੈ ਬਟ ਮਮਤਾ ਬੈਨਰਜੀ ਬੜੀ ਇੱਕ ਸਾਫ਼ ਸੁਥਰੇ ਲੀਡਰ ਨੇ, ਸੋ ਉਹਨਾਂ ਦੇ ਉੱਪਰ ਬਹੁਤ ਲੋਕ ਵਿਸ਼ਵਾਸ ਕਰਦੇ। ਨਵਾਂ ਜੋ ਨੋਟਬੰਦੀ ਦੇ ਮੁੱਦੇ ਦੇ ਉੱਪਰ ਕੋਈ ਨਹੀਂ ਬੋਲਿਆ, ਸਿਰਫ ਮਮਤਾ ਬੈਨਰਜੀ ਲੋਕਾਂ ਦੇ ਦੁੱਖ ਦੇ ਵਿੱਚ ਸਾਥ ਦਿੱਤਾ ਉਹਨਾਂ ਨੇ ਇਸ ਚੀਜ਼ ਨੂੰ। ਹੁਣ ਇਲੈਕਸ਼ਨ ਦੇ ਵਿੱਚ ਅਸੀਂ ਵੀ ਸਮਝਦੇ ਹਾਂ ਕਿ ਚੰਗੇ ਲੋਕ ਜਿਹੜੇ ਇਸ ਚੀਜ਼ ਨੂੰ ਦੁੱਖ ਮੰਨ ਰਹੇ ਨੇ ਨੋਟਬੰਦੀ ਨੂੰ ਲੈ ਕੇ, ਉਹ ਸਾਡਾ ਵੀ ਸਾਥ ਦੇਣਗੇ। ਹਾਂ, ਉੱਪਰੋਂ ਜਮ੍ਹਾਂ ਹੀ ਪਾਰਟੀ ਦਾ ਆਦੇਸ਼ ਆਉਂਦਾ, ਅਗਰ ਮਮਤਾ ਬੈਨਰਜੀ ਦਾ ਆਉਂਦਾ ਤਾਂ ਜ਼ਰੂਰ ਪਾਰਟੀ ਵੱਡੀ ਰੈਲੀ ਕਰੂ ਬਰਨਾਲੇ ਦੇ ਵਿੱਚ। ਹਾਂ, ਉਹਨਾਂ ਨੇ ਵਿਸ਼ਵਾਸ ਦਵਾਇਆ, ਉਹ ਵੀ ਆ ਰਹੇ ਨੇ, ਔਰ ਜੋ ਪੰਜਾਬ ਦੇ ਸਟੇਟ ਦੇ ਪ੍ਰੈਜੀਡੈਂਟ ਆ ਸਰਦਾਰ ਜਗਮੀਤ ਸਿੰਘ ਬਰਾੜੋ, ਉਹਨਾਂ ਨੇ ਵਿਸ਼ਵਾਸ ਦਵਾਇਆ ਕਿ 3-4 ਦਿਨ ਮੇਰੇ ਇੱਥੇ ਆ ਕੇ ਨਾਲ ਕੈਂਪੇਨ ਕਰਨਗੇ। ਮੈਨੂੰ ਪੂਰਨ ਆਸ ਆ ਨੌਜਵਾਨਾਂ ਤੋਂ ਕਿ ਮੈਂ ਉਹਨਾਂ ਦੇ ਨਾਲ ਖੜ੍ਹਦਾ ਰਿਹਾ ਕਿ ਆਹ ਜਿਹੜੇ 15 ਦਿਨ ਨੇ ਮੇਰੇ ਨਾਲ ਮੋਢਾ ਲਾ ਕੇ ਚੱਲਣਗੇ, ਅਸੀਂ ਭਾਰੀ ਤਾਦਾਦ ਦੇ ਵਿੱਚ ਜਿੱਤ ਕੇ ਆਵਾਂਗੇ। ਮੈਂ ਸਮਝਦਾ ਕੋਈ ਚੁਣੌਤੀ ਤਾਂ ਇਹੋ ਜਿਹੀ ਮੈਨੂੰ ਦਿਖਾਈ ਨਹੀਂ ਦਿੰਦੀ ਜਿਹੜੀ ਕੋਈ ਚੁਣੌਤੀ ਲੱਗ ਰਹੀ ਹੋਵੇ, ਕਿ ਬੜੇ ਵਧੀਆ ਢੰਗ ਦੇ ਨਾਲ ਸਾਰੇ ਦੇ ਸਾਰੇ ਸਾਥੀ ਨਾਲ ਲੱਗੇ ਹੋਏ ਨੇ, ਅਤੇ ਜੋ ਇਸ ਸਮੇਂ ਦੇ ਦੌਰਾਨ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਉਹ ਆਪਦੇ ਆਪ 'ਚ ਮੂੰਹ ਬੋਲਦੀ ਤਸਵੀਰ ਹੈ, ਉਹਨੂੰ ਸ਼ਬਦਾਂ ਦੇ ਵਿੱਚ ਵੀ ਦੱਸਣ ਦੀ ਲੋੜ ਨਹੀਂ ਹੈ, ਉਹ ਲੋਕਾਂ ਨੂੰ ਵੀ ਦਿਖ ਰਹੀ ਹੈ, ਲੋਕ ਮਹਿਸੂਸ ਵੀ ਕਰ ਰਹੇ ਹੈ। ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਮੈਂ ਸਮਝਦਾ ਕਿ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਜਿਹੜੀ ਗੱਠਬੰਧਨ ਦੀ ਸਰਕਾਰ ਹੈ ਉਸ ਦੇ ਪ੍ਰਤੀ ਵਿਸ਼ਵਾਸ ਹੈ। ਤੀਸਰੀ ਵਾਰ ਫਿਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ BJP ਦੀ ਸਰਕਾਰ ਦੇ ਵਿਕਾਸ ਦੇ ਮੁੱਦੇ ਦੇ ਉੱਪਰ ਲੋਕ ਆਪਣਾ ਵਿਸ਼ਵਾਸ ਪ੍ਰਗਟ ਕਰਕੇ ਤੀਸਰੀ ਵਾਰ ਫਿਰ ਸਰਕਾਰ ਪੰਜਾਬ ਦੇ ਵਿੱਚ ਬਣਾਉਣ। ਬਹੁਜਨ ਸਮਾਜ ਪਾਰਟੀ ਵੱਲੋਂ ਵਿਧਾਨ ਸਭਾ ਕੀ ਮੁੱਦੇ ਲੈ ਕੇ ਆ ਰਹੇ ਤੁਸੀਂ? ਅਸੀਂ ਬੇਰੁਜ਼ਗਾਰੀ ਦੂਰ ਕਰਨੀ ਹੈ ਜੀ, ਨਸ਼ਾ ਹੈ ਜਿਹੜਾ ਉਹ ਵੀ ਖਤਮ ਕਰਨਾ, ਬੱਚਿਆਂ ਲਈ ਵਧੀਆ ਯੋਗਤਾ ਰੁਜ਼ਗਾਰ ਦੇਈ, ਉਹਨਾਂ ਨੂੰ ਸਿਹਤ ਨੌਕਰੀਆਂ ਮਿਲਣਾ, ਸਾਰੇ ਹੀ ਵਰਗ ਨੂੰ ਅਤੇ ਧਰਮ ਨੂੰ ਨਾਲ ਲੈ ਕੇ ਉਹਨਾਂ ਦਾ ਸਤਿਕਾਰ ਕਰਾਂਗੇ ਜੀ, ਹਰ ਇੱਕ ਵਰਗ ਦਾ ਸਤਿਕਾਰ ਕਰਨਾ ਸਾਡਾ ਪਹਿਲ ਦੇ ਧਾਰਤ ਨੂੰ। ਹੋਰ ਕੀ ਉਮੀਦ?